उसे सुन रहे हो चावला न्यूज नेटवर्क टोरंटो CNN टोरंटो। मार दिता गया सी एडिटर जी, ते फिर तुहानू पता ही है। ते तीजे दिन जाके ज्ञानी गुरदयाल सिंह अजोवा ने अरदास कीती सी काल तख्त ते, ते मेरी बाकी दी उम्र सरदार जह अपने संत जरनैल सिंह पिंडराण लग जी, उन्हां दी डैथ हो गई सी अगले दिन। ਉਹ ਸੀ ਜਥੇਦਾਰੀ ਜਿਨ੍ਹਾਂ ਦਾ ਮੁੱਲ ਵੀ ਸੰਤ ਭਿੰਡਰਾਂ ਵਾਲਿਆਂ ਨੇ ਪਾਇਆ ਸੀਗਾ। ਅੱਜ ਜਥੇਦਾਰੀ ਨਹੀਂ, ਕਿਉਂ ਭੱਜ ਰਹੇ ਨੇ ਉਹ ਗ੍ਰੰਥੀ? ਪਤਾ ਹੈ ਵੀ ਜਿਹੜੇ ਅਸੀਂ ਆਪ ਕੁਛ ਨਹੀਂ ਕਰ ਸਕਦੇ, ਸਾਨੂੰ ਲਿਖ ਕੇ ਮਿਲਣਾ ਵੀ ਤੁਹਾਨੂੰ ਚੰਡੀਗੜ੍ਹ ਲਿਖ ਕੇ ਭੇਜਤਾ, ਜਾ ਕੇ ਫਸੀਲ ਤੋਂ ਪੜ੍ਹ ਦਿਓ, ਉਹ ਬੋਲ ਦਿਓ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਾਫੀ ਆਵਾਜ਼ਾਰ ਨੇ, ਤੇ ਕੱਲ੍ਹ ਦੇ ਉਹ ਕਾਫੀ ਆਵਾਜ਼ਾਰ ਜਦੋਂ ਬੀਬੀ ਕਮਲਜੀਤ ਕੌਰ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਇਹ ਟਵੀਟ ਕਰਕੇ ਲਿਖਿਆ ਵੀ ਆਪ ਗਿਆਨੀ ਜੀ ਤੁਸੀਂ ਲੋ ਮੋਜਾਂ ਪਾਓ, ਭੰਗੜੇ ਤੇ ਖਾਓ ਲੱਡੂ, ਤੇ ਜੜ ਪਰ ਸਖਿਆ ਦੇ ਵਿੱਚ ਰਹੋ। ਤੁਸੀਂ ਤੁਹਾਡੇ ਆਦੇਸ਼ ਹਨ, ਅਕਾਲ ਤਖ਼ਤ ਦੇ ਆਦੇਸ਼ ਹਨ ਵੀ ਵੇਖੋ ਭਾਈ ਰਾਜਵਾਣੀ ਦੀ ਫਾਂਸੀ ਦੇ ਵਾਸਤੇ ਤੁਸੀਂ ਜਿਹੜੀ ਆ ਸ਼੍ਰੋਮਣੀ ਕਮੇਟੀ ਜਿਹੜੀ ਆ ਇੱਕ ਰਹਿਮ ਦੀ ਅਪੀਲ ਪਾਵੇ। ਨਾ ਅਸੀਂ ਪਾਈ ਆ, ਨਾ ਮੇਰੇ ਵੀਰ ਜੀ ਨੇ ਪਾਈ, ਤੁਸੀਂ ਪਾਈ ਆ। ਤੁਸੀਂ ਆਦੇਸ਼ ਦਿਓ, ਜੇ ਕਰਨਾ ਕੱਖ ਨਹੀਂ ਤੇ ਅਪੀਲ ਤੇ ਵਾਪਸ ਲੈ ਲਓ, ਅਸੀਂ ਇੱਕ ਪਾਸੇ ਲੱਗਣ ਵਾਲੇ ਬਣੀ। ਕਿਉਂ ਕਿਹਾ ਸੀ ਉਹ ਟੌਂਟ ਕਿੱਥੇ ਸੀ ਉਹਨਾਂ ਦੀ? ਟੌਂਟ ਉਹਨਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਹੀਂ, ਟੌਂਟ ਉਹਨਾਂ ਦੀ ਸਿੱਧੀ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸੀ ਜੀ। 905-813-1320 ਉਧਰੋਂ ਬੀਬੀ ਜਗੀਰ ਕੌਰ ਦੀ ਨਵੰਬਰ 2022 ਵਿੱਚ ਹਿਮਾਇਤ ਕਰਨ ਵਾਲੇ ਦੋ ਸ਼੍ਰੋਮਣੀ ਕਮੇਟੀ ਮੈਂਬਰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਏ, ਕੀ ਖਬਰ ਹੈ ਸੀ ਪੜੀ ਸਾਹਿਬ? ਇਹ ਦੋ ਮੈਂਬਰ ਹੈਗੇ ਅਮੀਰ ਸਿੰਘ ਅਮਰੀਕ ਸਿੰਘ ਜਨੈਤਪੁਰ ਤੇ ਇੱਕ ਹੈਗਾ ਹਰਪਾਲ ਸਿੰਘ ਜੱਲਾ। ਹਰਪਾਲ ਸਿੰਘ ਜੱਲਾ ਲੁਧਿਆਣੇ ਤੋਂ ਤੇ ਜਿਹੜਾ ਜਨੈਤਪੁਰ ਇਹ ਮਾਲੇ ਤੋਂ। ਇਹ ਚ ਕੋਈ ਸ਼ੱਕ ਵਾਲੀ ਗੱਲ ਨੀ, ਇਹ ਦੋਵੇਂ ਹੀ ਬੀਜੇਪੀ ਚ ਸ਼ਾਮਲ ਹੋ ਗਏ ਸੀ। ਅਕਾਲੀ ਦਲ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਸੀ, ਸਪੋਰਟ ਕੀਤੀ ਸੀ ਇਕਬਾਲ ਸਿੰਘ ਲਾਲਪੁਰਾ ਨੇ। ਹੋ ਸਕਦਾ ਕੋਈ ਇਹਨਾਂ ਨੂੰ ਕਮਿਟਮੈਂਟ ਕੀਤੀ ਹੋਵੇ, ਤੁਹਾਨੂੰ ਅਸੀਂ ਫੀਤੀਆਂ ਲਾ ਦਿਆਂਗੇ, ਤੁਹਾਡੇ ਮੋਢਿਆਂ ਤੇ ਚਮਕਦੇ ਸਟਾਰ ਲਾ ਦਿਆਂਗੇ, ਤੁਸੀਂ ਇਸ ਪਾਸੇ ਆ ਜਾਓ, ਤੇ ਉਹ ਜਿਹੜਾ ਵਾਅਦਾ ਕੀਤਾ ਸੀ ਨਹੀਂ ਪੂਰਾ ਕੀਤਾ ਤੇ ਵਾਪਸ ਚਲੇ ਗਏ। ਇਹ ਚ ਕੋਈ ਸ਼ੱਕ ਵਾਲੀ ਗੱਲ ਨੀ, ਮੈਂ ਅੱਜ ਦੀ ਗੱਲ ਨਹੀਂ ਕਰਦਾ। ਇਹ ਲੋਕ ਬੇਸ਼ੱਕ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਅਕਾਲੀ ਦਲ ਚਲੇ ਗਿਆ, ਲੇਕਿਨ ਨਵੰਬਰ 2023 ਜਿਹੜੀ ਇਲੈਕਸ਼ਨ ਹੋਈ ਹੈ, ਵੋਟਾਂ ਫਿਰ ਬੀਬੀ ਜਗੀਰ ਕੌਰ ਨੇ ਪਾਉਣਗੇ। ਇਹਦੇ ਵਿੱਚ ਵੀ ਕਈ ਪ੍ਰਕਾਰ ਦੀ ਚਾਹਤ ਹੁੰਦੀ ਹੈ, ਕਈ ਪ੍ਰਕਾਰ ਦੇ ਜਿਹੜੇ ਤਰੀਕੇ ਹੁੰਦੇ ਆ। ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹਦੇ ਕੋਲ ਤੇ ਮਾਈਕਰੋ ਮੈਨੇਜਮੈਂਟ ਆ, ਇਹਨੂੰ ਪਤਾ ਇਲੈਕਸ਼ਨ ਕਿਵੇਂ ਲੜਨੀ। ਵੇਖੋ 2012 ਚ ਇਲੈਕਸ਼ਨ ਜਿਤਾਰਤੀ ਸਾਨੂੰ, 2007 ਚ ਇਲੈਕਸ਼ਨ ਜਿਤਾਰਤੀ ਸਾਨੂੰ, ਤੇ ਉਹ ਮਾਈਕਰੋ ਮੈਨੇਜਮੈਂਟ ਜਿਹੜੀ ਸੀ 2017 ਚ 2022 ਕਿੱਥੇ ਚਲੀ ਗਈ? ਬੜੀ ਤਾਰੀਫ ਕਰਦੇ ਹੁੰਦੇ ਸੀ ਸੁਖਬੀਰ ਬਾਦਲ ਕੋਲ, ਮੈਨੇਜਮੈਂਟ ਕਿਤੇ BMBA ਕੀਤੀ ਹੈ, ਬੜਾ ਕੁਛ ਜਾਣਦਾ, ਬੜਾ ਕੁਛ ਕਰ ਲਿਆ। ਲੇਕਿਨ ਇਸੇ ਤਰ੍ਹਾਂ ਮਾਈਕਰੋ ਮੈਨੇਜਮੈਂਟ ਵੇਖੋ, ਹੁਣ ਸੁਖਬੀਰ ਸਿੰਘ ਬਾਦਲ ਦੀ ਕਾਮਯਾਬ ਹੁੰਦੀ ਕਿ ਨਹੀਂ ਹੁੰਦੀ? ਉਹਨਾਂ ਦਾਅਵਾ ਇਹ ਵੀ ਕਰਤਾ ਵੀ ਬੀਬੀ ਦੇ ਜਿਹੜੇ ਸਮਰਥਕ 10 ਤੋਂ ਲੈ ਕੇ 15 ਮੈਂਬਰ ਅੱਜ ਵੀ ਸਾਡੇ ਕੰਟੈਕਟ ਦੇ ਵਿੱਚ ਨੇ, ਆਉਂਦੇ ਸਹਿਜੇ ਸਹਿਜੇ ਉਹਨਾਂ ਨੂੰ ਅਸੀਂ ਜ਼ਾਹਿਰ ਕਰਕੇ ਤੇ ਆਪਣੀ ਬਾਦਲ ਕਲ ਵਿੱਚ ਸ਼ਾਮਲ ਕਰਾਂਗੇ ਜੀ। ਸਾਡੇ ਨਾਲ ਕਾਲਰ ਨੇ ਜਿਸ ਲੈਂਦੇ ਕਾਲ ਆਉਂਦੀ ਹੈ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ, ਮੈਂ ਦੁਬਾਰਾ ਆਇਆ ਜੀ। ਸਰ ਜੀ ਜੀ ਪੱਟੀ ਸਾਹਿਬ, ਫਤਿਹਗੜ੍ਹ ਸਾਹਿਬ ਚ ਮੋਤੀ ਮਹਿਰਾ ਹੈਗਾ ਗੁਰਦੁਆਰਾ ਜੀ, ਉਹਦੇ ਫੰਡ ਬਾਰੇ ਬੜਾ ਰੌਲਾ ਪਿਆ। ਨਿਰਮਲ ਸਿੰਘ ਹੈ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਸੀ, ਹੁਣ BJP ਚ ਚਲਾ ਗਿਆ। ਗੁਰੂ ਜੀ ਗੋਲਕ ਦੇ ਵਿੱਚ ਬੜਾ ਗੰਦ ਪਾਇਆ ਉਹਨੇ, ਤੇ ਸੈਂਟਰ ਹੋ ਰਿਹਾ। ਇਹਦਾ ਮਤਲਬ ਕਿ ਹੁਣ ਜਿਹੜੀ ਹੈ BJP ਗੌਰਮੈਂਟ, ਸਾਡੇ ਗੋਲਕਾਂ ਦੇ ਉੱਤੇ ਵੀ ਸਾਨੂੰ ਇਹੋ ਜਿਹੇ ਬੰਦੇ ਦੇ ਰਹੀ ਹੈ, ਇਹਦੇ ਬਾਰੇ ਜੇ ਤੁਹਾਨੂੰ ਪਤਾ ਦੱਸੋ ਪਲੀਜ਼। ਭਾਜਪਾ ਦਾ ਕੰਟਰੋਲ ਸਾਡੀਆਂ ਗੋਲਕਾਂ ਤੇ ਕਦੋਂ ਨਹੀਂ ਸੀ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਕਾਇਦਾ ਤੌਰ ਤੇ ਟਿਕਟਾਂ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਸਲਾਹ ਲੱਟਰੀ ਜਾਂਦੀਆਂ ਸੀ ਅਕਾਲੀ ਦਲ ਬਾਦਲ ਵੱਲੋਂ। ਗੋਲਕਾਂ ਤੇ ਕੰਟਰੋਲ ਨਹੀਂ, ਗੋਲਕਾਂ ਦੀ ਵਰਤੋਂ ਵੀ ਕਿਸੇ ਵੇਲੇ ਉਹ ਕਰ ਲੈਂਦੇ ਸੀਗੇ। ਆਹ ਤਾਂ ਬੜੀ ਨਿਰਮਲ ਸਿੰਘ ਦੀ ਬੜੀ ਛੋਟੀ ਕਹਾਣੀ ਹੈਗੀ, ਬਹੁਤ ਛੋਟੀ ਕਹਾਣੀ ਹੈਗੀ ਹੈ।
ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਇਹਨਾਂ ਕੁ ਭਾਜਪਾ ਤੇ ਆਰ ਐਸ ਜਿਹੜੀ ਹੈਵੀ ਸੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਉੱਤੇ ਜਦੋਂ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ ਲੱਗੇ ਸੀ ਤੇ ਬਕਾਇਦਾ ਤੌਰ ਤੇ ਤਪਕਾ ਮਾਰਨ ਗਿਆ ਸੀ ਜਹਿਦਰ ਜੋਗਿੰਦਰ ਸਿੰਘ ਵਿਦਾਂਤੀ ਉਹਨੂੰ ਕਹਿਤਾ ਸੀ ਵੀ ਲਾਗੂ ਨਾ ਕਰੀ ਦੇ ਸਿੱਟੇ ਮਾੜੇ ਨਿਕਲਣ ਲੱਗੇ ਉੱਥੇ ਬੈਠਾ ਸੀ ਕਾਮਰੇਡ ਪ੍ਰਿਥੀਪਾਲ ਸਿੰਘ ਸੰਧੂ ਕਹਿੰਦਾ ਤੁਸੀਂ ਚੱਲੋ ਇੱਥੋਂ ਤੁਹਾਨੂੰ ਪਾਣੀ ਵੀ ਨਹੀਂ ਪਿਆਉਣਾ ਅਸੀਂ ਵੇਖਣ ਜੋ ਵੇਖੀ ਜੋ ਸਾਡੀ ਛੁੱਟੀ ਹੋ ਜੂ ਕਰਾ ਦੱਸਣ ਤੁਸੀਂ ਮੇਰਾ ਕਹਿਣ ਤੋਂ ਬਾਅਦ ਭਾਜਪਾ ਨੇ ਹਮੇਸ਼ਾ ਹੀ ਸਾਡੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ ਆ ਕਿਹੜੀ ਇਲੈਕਸ਼ਨ ਦੇ ਵਿੱਚ ਦੁਰਵਰਤੋਂ ਨਹੀਂ ਹੋਈ ਇਹ ਨਿਰਮਲ ਸਿੰਘ ਦੀ ਕਹਾਣੀ ਤੇ ਬੜੀ ਛੋਟੀ ਕਹਾਣੀ ਹੈ ਇਸ ਕਰਕੇ ਅੱਜ ਵੀ ਭਾਜਪਾ ਇਹ ਚਾਹੁੰਦੀ ਆ ਵੀ ਕਿਸੇ ਤਰੀਕੇ ਦਾ ਅਸੀਂ ਗੋਲਕਾਂ ਤੇ ਕਾਬਜ਼ ਹੋ ਜਾਈਏ ਅੱਗੇ ਅਸਿੱਧੇ ਰੂਪ ਚ ਹੁਣ ਅਸਿੱਧੇ ਰੂਪ ਚ ਕਾਬਜ਼ ਹੋਣ ਦੀ ਤਿਆਰੀ ਚ ਬੀਬੀ ਜਗੀਰ ਕੌਰ ਦੇ ਬਿਆਨ ਨੂੰ ਧਿਆਨ ਨਾਲ ਸੁਣੋ ਬੀਬੀ ਕੀ ਕਹਿੰਦੀ ਬੀਬੀ ਕਹਿੰਦੀ ਆ ਵੀ ਸਾਡਾ ਜਿਹੜਾ ਨਿਸ਼ਚਾ ਵਾ ਜਿਹੜਾ ਕਿੱਤਾ ਵਾ ਸਿਰਫ ਧਾਰਮਿਕ ਅਸੀਂ ਕੋਈ ਹੁਣ ਸਿਆਸੀ ਚੋਣ ਨਹੀਂ ਲੜਨੀ ਸਿਰਫ ਧਾਰਮਿਕ ਚੋਣ ਲੜਨੀ ਤੇ ਲੜਾਉਣੀ ਧਾਰਮਿਕ ਚੋਣ ਕਰਕੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜੋ ਉੱਥੇ ਭ੍ਰਿਸ਼ਟਾਚਾਰ ਦੂਹ ਕੰਧ ਅਸੀਂ ਕੱਢਣਾ ਵਾ ਤੇ ਧਾਰਮਿਕ ਪ੍ਰਵਿਰਤੀ ਵਾਲੇ ਬੰਦੇ ਲੱਗੇ ਹੋਣੇ ਆ ਬੀਬੀ ਨੇ ਇਹ ਵੀ ਕਿਹਾ ਮੈਂ ਵੀ ਉਦੋਂ ਮੰਤਰੀ ਸੀ ਜਦੋਂ ਪ੍ਰਧਾਨ ਬਣਾਇਆ ਗਿਆ MLA ਸੀ ਮੰਤਰੀ ਸੀ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਤੇ ਮੈਂ ਪ੍ਰਧਾਨ ਬਣੀ ਪਹਿਲੀ ਵਾਰੀ ਮੈਂ 11 ਮਹੀਨੇ ਰਹੀ ਮੁੱਖ ਮੰਤਰੀ ਤੇ ਦੂਜੀ ਵਾਰੀ ਮੈਂ 11 ਦਿਨ ਰਹੀ ਇਸ ਕਰਕੇ ਉਦੋਂ ਤੋਂ ਵੀ ਸਭ ਕੁਛ ਉੱਥੇ ਚੱਲਦਾ ਸੀਗਾ ਬੀਬੀ ਜਗੀਰ ਕੌਰ ਜੋ ਮਰਜ਼ੀ ਕਹੀ ਜੇ ਨਾਲ ਨੇ ਇੱਕ ਸ਼ਬਦ ਕਹਿ ਦੇ ਉਹ ਕਹਿੰਦੀ ਕੋਈ ਵੀ ਪਾਰਟੀ ਹੋਈ ਜਿੱਥੇ ਕਿਤੇ ਗੁਰਸਿੱਖ ਕੋਈ ਬੈਠਾ ਵਾ ਅੰਮ੍ਰਿਤਧਾਰੀ ਹੈ ਗੁਰੂ ਗ੍ਰੰਥ ਤੇ ਗੁਰੂ ਪਦ ਨੂੰ ਸਮਰਪਾ ਤਾਂ ਉਹਨੂੰ ਅਸੀਂ ਟਿਕਟ ਦੇਵਾਂਗੇ ਲੋ ਇਲੈਕਸ਼ਨ ਲੜੂ ਜੇ ਕੋਈ ਇੱਛੁਕ ਇਹਦਾ ਮਤਲਬ ਕੀ ਆ ਇਹਦੇ ਤੇ ਧਾਮੀ ਸਾਹਿਬ ਜ਼ਰੂਰ ਬੋਲੇ ਨੇ ਵੀ ਬੀਬੀ ਜਗੀਰ ਕੌਰ ਕਾਂਗਰਸ ਨੂੰ ਟਿਕਟ ਦੇਊਗੀ ਧਾਮੀ ਸਾਹਿਬ ਤੁਹਾਡੇ ਨਾਲੋਂ ਕਾਂਗਰਸੀ ਜਿਹੜੇ ਜ਼ਿਆਦੇ ਜਿਹੜੇ ਉਹ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਜਿਸ ਦਿਨ ਤੁਹਾਡੇ 15 ਬੰਦੇ ਬੈਠੇ ਸੀਗੇ ਤੇ ਵਿਧਾਨ ਸਭਾ 'ਚ ਗੱਲ ਚੱਲੀ ਸੀਗੀ ਵੀ ਤੁਹਾਡੇ 'ਚ ਅੰਮ੍ਰਿਤਧਾਰੀ ਕਿੰਨੇ ਆ ਤੇ ਸਾਡੇ 'ਚੋਂ ਕਿੰਨੇ ਖੜੇ ਹੋ ਹਾਂ ਅਕਾਲੀ ਦਲ 'ਚੋਂ ਇੱਕ ਵੀ ਨਹੀਂ ਸੀ ਖਲੋਤਾ ਕਾਂਗਰਸ 'ਚੋਂ 7 ਬੰਦੇ ਖੜੇ ਹੋ ਗਏ ਸੀ ਆਹ ਵੇਖੋ ਜੀ ਗਾਤਰੇ ਪਏ ਅਸੀਂ ਅੰਮ੍ਰਿਤਧਾਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈਗੇ ਤੇ ਬੀਬੀ ਜਗੀਰ ਕੌਰ ਦਾ ਇਸ਼ਾਰਾ ਇਸੇ ਪਾਸੇ ਹੀ ਆ ਵੀ ਜਿਹੜਾ ਮਰਜ਼ੀ ਆਵੇ ਸੋ ਰਾਜੀ ਜਾਵੇ ਰਾਸ਼ਟਰੀ ਸਿੱਖ ਸੰਗਤ ਕੋਲੇ ਬੜੇ ਇਹੋ ਜਿਹੇ ਬੰਦੇ ਹੈਗੇ ਜਿਹੜੇ ਅੰਮ੍ਰਿਤਧਾਰੀ ਵੀ ਨੇ ਦਾਅਵਾ ਇਹ ਕਰਦੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਆ ਤੇ ਲੇਕਿਨ ਮੱਥਾ ਤੱਕ ਜਾ ਕੇ ਨਾਗਪੁਰ ਮੱਥਾ ਜਾ ਕੇ ਨਾਗਪੁਰ ਟੇਕਦੇ ਆ ਜੀ 905-813-1320 ਅਗਲੀ ਖਬਰ ਮੰਗਾਂ ਨਾ ਮੰਨਣ ਜਾਣ ਨੂੰ ਲੈ ਕੇ ਢਾਡੀ ਸਭਾ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਮਰਨ ਵਰਤ ਕੀਤਾ ਸ਼ੁਰੂ ਕੀ ਖਬਰ ਆ ਰਹੀ ਭੱਟੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਢਾਡੀ ਸਭਾ ਜੀ ਇਹਦੇ ਪ੍ਰਧਾਨ ਨੇ ਬਲਦੇਵ ਸਿੰਘ MA ਸਾਬਕਾ SGPC ਮੈਂਬਰ ਇਸ MA ਦੇ ਉੱਤੇ ਇੱਕ ਦੋਸ਼ ਲੱਗਾ ਸੀ ਇੱਕ ਬੀਬੀ ਨੇ ਬਕਾਇਦਾ ਤੌਰ ਤੇ ਇਹਦੇ ਉੱਤੇ ਸੈਕਸੁਅਲ ਹਰਾਸਮੈਂਟ ਦਾ ਦੋਸ਼ ਲਾਇਆ ਸੀ ਇਹ ਮੈਂਬਰ ਸੀ SGPC ਤੇ ਜਥੇਦਾਰ ਅਕਾਲ ਤਖ਼ਤ ਨੇ ਇਹ ਗੱਲ ਕਹੀ ਸੀ ਇਹਨੂੰ ਸਵਾਲ ਪੁੱਛਿਆ ਸੀ ਵੀ ਵੇਖੋ ਤੁਸੀਂ ਇਹਦੇ ਤੇ ਕਿਆ ਕਾਰਵਾਈ ਕਰਨ ਦੀ ਗੱਲ ਕੀਤੀ ਆ ਉਹ ਤਾਂ ਤੁਹਾਡੀ ਪਰਵਾਹ ਨਹੀਂ ਕਰਦਾ ਤੇ ਜਿਹੜਾ ਉਹ ਲਾਉਂਦਾ ਇੱਥੇ ਆਪਣੇ ਬੋਲਦਾ ਆ ਕਿ ਦੀਵਾਨ ਲਾਉਂਦਾ ਵਾ ਅਕਾਲ ਤਖ਼ਤ ਦੇ ਸਾਹਮਣੇ ਹਰ ਐਤਵਾਰ ਦੇ ਐਤਵਾਰ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੇ ਜਥੇਦਾਰ ਨੇ ਕਿਹਾ ਸੀਗਾ ਵੀ ਇਹਨੂੰ ਦੀਵਾਨ ਉਹਦੇ ਸ਼ਾਮਿਲ ਨਹੀਂ ਹੋਣਾ ਚਾਹੀਦਾ ਇਹ ਜਿੱਦ ਕੇ ਇਹ ਵਿਦ ਕੇ ਜਹਿਦਰ ਦੇ ਸਾਹਮਣੇ ਖਲੋ ਕੇ ਉੱਥੇ ਦੀਵਾਨ ਲਾਉਂਦਾ ਹੁੰਦਾ ਸੀ ਅੱਜ ਕੱਲ੍ਹ ਇਹ ਢਾਡੀ ਸਭਾ ਦਾ ਪ੍ਰਧਾਨ ਆ ਉਸ ਕੇਸ ਦੇ ਵਿੱਚੋਂ ਚਲੋ ਬੀਬੀ ਨੂੰ ਉਸ ਨੂੰ ਮਨਾ ਲਿਆ ਉਹਦੇ ਪਿਓ ਘਰ ਵਾਲੇ ਨੂੰ ਮਨਾ ਲਿਆ ਕਿਸੇ ਤਰੀਕੇ ਨਾਲ ਕੁਛ ਗੱਲਬਾਤ ਹੋਈ ਤੇ ਰਾਜਨਾਮਾ ਹੋ ਗਿਆ ਤੇ ਉਹ ਕੇਸ ਖਤਮ ਹੋ ਹੁਣ ਇਹ ਪਿਛਲੇ ਸਮੇਂ ਤੋਂ ਕਾਫੀ ਤੇ ਆਪਣੀਆਂ ਮੰਗਾਂ ਲੈ ਕੇ SGPC ਨੂੰ ਮੰਗ ਪੱਤਰ ਵੀ ਦੇ ਚੁੱਕੇ ਨੇ ਪ੍ਰਧਾਨ ਨੂੰ ਵੀ ਮਿਲ ਚੁੱਕੇ ਆ ਲੇਕਿਨ SGPC ਦੇ ਉੱਤੇ ਕੋਈ ਅਸਰ ਨਹੀਂ ਇਹਨਾਂ ਦਾ ਹੈਗਾ ਹੁਣ ਇਹਨਾਂ ਨੇ ਕੱਲ ਤੋਂ ਕਿਹਾ ਪਹਿਲਾਂ ਐਲਾਨ ਕੀਤਾ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰਾਂਗੇ ਹੁਣ ਇਹਨਾਂ ਕੱਲ ਦੀ ਭੁੱਖ ਹੜਤਾਲ ਸ਼ੁਰੂ ਕਰਤੀ ਇਹਨਾਂ ਕਿਹਾ ਅਸੀਂ ਪਾਣੀ ਪੀਵਾਂਗੇ ਕੋਈ ਲੰਗਰ ਨਹੀਂ ਛਕਾਂਗੇ ਕੁਛ ਨਹੀਂ ਛਕਾਂਗੇ ਜਿੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਜਾਂਦੀਆਂ ਤੇ ਹੁਣ ਵੇਖੋ SGPC ਇਹਨਾਂ ਨੇ ਗੱਲਬਾਤ ਕਰਦੀ ਕਿ ਨਹੀਂ ਕਰਦੀ
ਇਸ ਤੋਂ ਪਹਿਲਾਂ ਤੇ ਐਸਜੀਪੀਸੀ ਆਉਂਦੀ ਤੇ ਉਸਲੇ ਮੰਨ ਜਾਂਦੇ ਦੱਸੋ ਜੀ ਕੀ ਕਰਨਾ ਆਪਾਂ ਤੁਹਾਡੇ ਨਾਲ ਬਿਆਨ ਵੀ ਉਹਨਾਂ ਦੇ ਹੱਕ ਚ ਦਾਗ ਦਿੰਦੇ ਹੁੰਦੇ ਸੀਗੇ ਹੁਣ ਅੱਜ ਵੇਖੋ ਦੇਖਦੇ ਹਾਂ ਪ੍ਰਧਾਨ ਮਿਲਦਾ ਕਿ ਸਕੱਤਰ ਮਿਲਦਾ ਵਾ ਕਿ ਸਾਡੀਆਂ ਮੰਗਾਂ ਪ੍ਰਵਾਨ ਕਰੋ ਨਹੀਂ ਕਰੋਗੇ ਤੇ ਅਸੀਂ ਇਹਨੂੰ ਹੋਰ ਤੇਜ਼ ਕਰ ਦਿਆਂਗੇ ਅੱਜ ਦੇ ਭੁੱਖ ਹੜਤਾਲ ਤੇ ਕੱਲ੍ਹ ਨੂੰ ਅਸੀਂ ਮਰਨ ਵਰਤੇ ਵੀ ਬੈਠ ਸਕਦੇ ਉਧਰੋਂ ਬਠਿੰਡੇ ਜੇਲ੍ਹ ਦੀ ਗੱਲਬਾਤ ਕਰੀਏ ਤਾਂ ਬਠਿੰਡੇ ਜੇਲ੍ਹ ਦੀਆਂ ਬੈਰਕਾਂ ਵਿੱਚ ਲੱਗਣਗੇ ਟੀਵੀ ਗੈਂਗਸਟਰਾਂ ਦੀ ਭੁੱਖ ਹੜਤਾਲ ਖਤਮ ਪਿਛਲੇ 7 ਦਿਨਾਂ ਤੋਂ ਉੱਥੇ ਗੈਂਗਸ ਜਿਹੜੇ ਸੀ ਉਹ ਭੁੱਖ ਹੜਤਾਲ ਤੇ ਬੈਠੇ ਉਹਨਾਂ ਦੀ ਮੰਗ ਇਹ ਸੀ ਵੀ ਜਿਹੜੀਆਂ ਜੇਲ੍ਹ ਦੀਆਂ ਬੈਰਕਾਂ ਵਾ ਉੱਥੇ ਐਂਟਰਟੇਨਮੈਂਟ ਵਾਸਤੇ ਬਕਾਇਦਾ ਤੌਰ ਤੇ ਟੀਵੀ ਲਾਈ ਜਾਣ ਪਹਿਲਾਂ ਕਿਤੇ ਹੁੰਦੇ ਸੀ ਮੁੜ ਕੇ ਖਰਾਬ ਹੋ ਕੇ ਲਾਏ ਨੀ ਕਿਸੇ ਨੇ ਦੂਸਰੀ ਉਹਨਾਂ ਗੱਲ ਕਹੀ ਸੀ ਵੀ ਸਾਨੂੰ ਜਿਹੜੀ ਹਫ਼ਤੇ ਚ 10 ਮਿੰਟ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਆ ਜਿਹੜਾ ਪੀਸੀਓ ਲੱਗਾ ਇੱਥੇ ਜੇਲ੍ਹ ਦੇ ਵਿੱਚ ਉੱਥੇ ਉਹ 20 ਮਿੰਟ ਹੋਣੀ ਚਾਹੀਦੀ ਡਬਲ ਹੋਣੀ ਚਾਹੀਦੀ ਇਸ ਤਰ੍ਹਾਂ ਕਰਕੇ ਉਹਨਾਂ ਦੀਆਂ 5-4 ਮੰਗਾਂ ਹੈਗੀਆਂ ਸੀਗੀਆਂ 7 ਦਿਨ ਲਗਾਤਾਰ ਉਹਨਾਂ ਦੀ ਭੁੱਖ ਹੜਤਾਲ ਗੈਂਗਸਟਰਾਂ ਦੀ ਰਹੀ ਆ ਤੇ ਕੱਲ੍ਹ ਜਿਹੜੇ ਨੇਕੀ ਉੱਥੋਂ ਦੇ ਸੁਬਡਣ ਨੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਵੀ ਇਹਨਾਂ ਦੀਆਂ ਮੰਗਾਂ ਅਸੀਂ ਪ੍ਰਵਾਨ ਕਰ ਲਈਆਂ ਨੇ ਤੇ ਜਿਹੜਾ ਕੰਮ ਹੈ ਉਹ ਬੈਰਕਾਂ ਦੇ ਵਿੱਚ ਟੀਵੀ ਲਾਉਣ ਦਾ ਸ਼ੁਰੂ ਕਰ ਦਿੱਤਾ ਵਾ ਅਗਲੇ ਚੰਦ ਦਿਨਾਂ ਚ ਉਹ ਪੂਰਾ ਹੋ ਜਾਏਗਾ ਤੇ ਬਾਕੀ ਜਿਹੜੀ ਇਹ ਟੈਲੀਫੋਨ ਦੀ ਗੱਲ ਕੀਤੀ ਆ ਉਹ ਵੀ ਅਸੀਂ ਆਪਣੇ ਆਈਜੀ ਨਾਲ ਗੱਲ ਕਰ ਇਹਨਾਂ ਦੀ ਮੰਗ ਪ੍ਰਵਾਨ ਕਰ ਦਿਆਂਗੇ ਹੁਣ ਗੈਂਗਸਟਰਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜੀ ਉਧਰੋਂ ਜੇ ਸੰਗਰੂਰ ਦੀ ਗੱਲਬਾਤ ਕਰੀਏ ਭੱਟੀ ਸਾਹਿਬ ਤੇ ਸੰਗਰੂਰ ਵਿੱਚ ਕੁੱਤਾ ਸਾਹਮਣੇ ਆਉਣ ਤੇ ਟਰੱਕ ਨਾਲ ਟਕਰਾਉਣ ਕਾਰਨ ਕਾਰਾਂ ਨੂੰ ਅੱਗ ਲੱਗੀ ਕੀ ਖਬਰ ਜੀ ਆ ਰਹੀ ਹੈ ਇਸ ਵੇਲੇ ਦੋ ਕਾਰਾਂ ਸੜ ਗਈਆਂ ਜੀ ਪਹਿਲੀ ਕਾਰ ਤੇ ਇਹ ਹੋਈ ਵੀ ਉਹ ਕਾਰ ਤੇ ਜਾ ਰਹੇ ਸੀ ਕਿਤੇ ਧਾਰਮਿਕ ਥਾਂ ਤੇ ਮੱਥਾ ਟੇਕਣ ਅੱਛਾ ਅਗਲੇ ਪਾਸੇ ਕੁੱਤਾ ਆ ਗਿਆ ਤੇ ਕੁੱਤਾ ਆਉਣ ਦੇ ਉੱਤੇ ਜਿਹੜਾ ਸੀ ਉਹਨੇ ਕੱਟ ਮਾਰਿਆ ਕੁੱਤੇ ਨੂੰ ਬਚਾਉਣ ਦੀ ਖਾਤਰ ਤੇ ਜਿਹੜੀ ਕਾਰ ਸੀ ਅੱਗੇ ਇੱਕ ਪੁਲੀ ਦੇ ਨਾਲ ਜਦੋਂ ਪੁਲੀ ਦਾ ਵੱਜੀ ਤੇ ਉਹ ਬਾਹਰ ਨਿਕਲ ਕੇ ਵੇਖਣ ਲੱਗੇ ਵੀ ਹੁਣ ਕਾਰ ਕਰਨਾ ਕੀ ਤੇ ਕਾਰ ਨੂੰ ਇੱਕਦਮ ਅੱਗ ਲੱਗ ਗਈ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਤੇ ਕਾਰ ਸੜਕੇ ਸਵਾਹ ਦੂਜੀ ਘਟਨਾ ਕਿੱਥੇ ਵਾਪਰੀ ਹੈ ਦੂਜੀ ਘਟਨਾ ਮੋਗੇ ਵਾਪਰੀ ਹੈ ਮੋਗੇ ਲਾਗੇ ਕਾਰ ਪਿੱਛੇ ਆ ਰਹੀ ਸੀ ਟਰੱਕ ਅੱਗੇ ਜਾ ਰਿਹਾ ਸੀ ਟਰੱਕ ਲੋਡਡ ਸੀਗਾ ਉਹਦੀ ਵੀ ਸਪੀਡ ਕਾਫੀ ਸੀ ਤੇ ਕਾਰ ਦੇ ਵਿੱਚ ਕਾਫੀ ਸੀ ਅਗਲੇ ਪਾਸੇ ਉਹਦੀ ਇੱਕ ਗਾਂ ਆਉਂਦੀ ਜਦੋਂ ਉਹ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕਦਮ ਬ੍ਰੇਕ ਮਾਰਦਾ ਇੱਕ ਟਰੱਕ ਤੇ ਮਾਲ ਲੱਦਿਆ ਤੇ ਇੱਕ ਉਹਦੀ ਪ੍ਰੈਸ਼ਰ ਬ੍ਰੇਕ ਜਿਹੜੀ ਆ ਫੜ ਕੇ ਇੱਕਦਮ ਚਿਕਾਕੜਾ ਦੀ ਫੜ ਗਈ ਜਦੋਂ ਉਹਨੇ ਬ੍ਰੇਕ ਮਾਰੀ ਟਰੱਕ ਦੀ ਤੇ ਜਿਹੜੀ ਕਾਰ ਸੀ ਇਹ ਪਿੱਛੋਂ ਜਾ ਕੇ ਉਹਦੇ ਚ ਵੱਜ ਗਈ ਉਹਦੇ ਵਿੱਚ ਵੱਜਣ ਤੋਂ ਬਾਅਦ ਉਹਨੂੰ ਅੱਗ ਲੱਗੀ ਲੇਕਿਨ ਬੰਦੇ ਫਟਾਫਟ ਸੇਫ ਬਾਹਰ ਨਿਕਲੇ ਦੋ ਕਾਰਾਂ ਇੱਕੇ ਦਿਨ ਸੜਕੇ ਸਵਾਹ ਹੋ ਗਈਆਂ ਹੁਣ ਇਹ ਹੁਣ ਪਤਾ ਕਰਨਾ ਪਊਗਾ ਜਾਂਚ ਦਾ ਵਿਸ਼ਾ ਵੀ ਦੋਵਾਂ ਨੂੰ ਕਾਰਾਂ ਨੂੰ ਅੱਗ ਕਿਵੇਂ ਲੱਗੀ ਟੱਕਰ ਨਾਲ ਅੱਗ ਨੀ ਲੱਗਣੀ ਚਾਹੀਦੀ ਕਿਵੇਂ ਲੱਗੀ ਆ ਕੋਈ ਸ਼ਾਰਟ ਸਰਕਟ ਹੋਇਆ ਕੋਈ ਤਾਰ ਹੋਈ ਆ ਕੀ ਹੋਇਆ ਕੀ ਨੀ ਹੋਇਆ ਇਸ ਕਰਕੇ ਜਿਹੜਾ ਵਾ ਇਹ ਦੋ ਕਾਰ ਜਿਹੜੇ ਸੀ ਵਾਲ ਵਾਲ ਬਚ ਗਏ ਚਲੋ ਕਾਰਾਂ ਤੇ ਸੜਕੀਆਂ ਦੀ ਕੋਈ ਗੱਲ ਨੀ ਜਿਹੜੇ ਸਵਾਰ ਸੀ ਉਹ ਵਾਲ ਵਾਲ ਬਚੇ ਨੇ ਜੀ ਹਾਂ ਪੱਟੀ ਸਾਹਿਬ ਟਾਈਮ ਆਗਿਆ ਨਹੀਂ ਦੇ ਰਿਹਾ ਜੀ ਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਹੋਰ ਮੁਲਾਕਾਤਾਂ ਕਰਾਂਗੇ ਜੀ ਹੋਰ ਗੱਲਾਂ ਬਾਤਾਂ ਕਰਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ